ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 30 ਸਾਲਾਂ ਤੋਂ ਬਾਅਦ ਵੀ ਜੋ ਕਿ 1984 ਦੇ ਅੰਦਰ ਫਾਲੂ ਕਰਾ ਹੋਇਆ ਉਹਦਾ ਦਿਨ ਮਨਾਉਣ ਵਾਸਤੇ ਸੰਗਲਾਨ ਦੇ ਕੋਨੇ ਕੋਨੇ ਤੋਂ ਸੰਗਤਾਂ ਇਕੱਠੀਆਂ ਹੋਈਆਂ ਹਨ। ਖਾਲਸਾ ਜੀ ਅੱਜ ਸਾਡੇ ਇਹ ਦਿਨ ਮਨਾਉਣੇ, ਮੇਰੇ ਤੋਂ ਪਹਿਲਾਂ ਕੁਝ ਵੀਰਾਂ ਨੇ ਗੱਲ ਕੀਤੀ ਹੈ ਵੀ ਇੱਕ ਲੀਡਰ ਚਾਹੀਦਾ ਹੈ, ਇੱਕ ਨਿਸ਼ਾਨਾ ਚਾਹੀਦਾ ਹੈ। ਉਹ ਕੌਮ ਦਾ ਇੱਕ ਲੀਡਰ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਾਡਾ ਲੀਡਰ ਹੈ, ਜਿਹੜਾ ਇਹਦੀ ਸ਼ਬਦ ਸਾਰਾ ਅੱਜ ਚੱਲੇਗਾ ਦੁਨੀਆਂ ਦੇ ਸਾਰੇ ਕੰਮ ਚੱਲਣਗੇ। ਦੂਜਾ ਨਿਸ਼ਾਨਾ ਖਾਲਿਸਤਾਨ ਦਾ ਹੈ, ਤੁਹਾਡੇ ਸਾਹਮਣੇ ਇੱਥੇ ਅੱਜ ਇੰਗਲੈਂਡ ਦੇ ਵਿੱਚ ਇਸ ਗੱਲ ਦਾ ਸਬੂਤ ਹੈ। ਹਰ ਸਾਲ ਭਾਵੇਂ ਪਿਛਲਾ ਸਾਲ ਸੀ ਜੋ ਕਿ ਭਾਰਤੀ ਹਕੂਮਤ ਨੇ ਜ਼ੋਰ ਲਾਇਆ ਪੂਰਾ ਵੀ ਉੱਥੇ 7 ਜੂਨ ਨੂੰ ਮਜ਼ਾਰਾ ਨਾ ਹੋਵੇ, ਪਰ ਇਸ ਦੇ ਬਾਅਦ ਵੀ ਤੁਸੀਂ 25,000 ਉੱਥੇ ਇਕੱਠੇ ਹੋਏ। ਅੱਜ ਵੀ ਤੁਸੀਂ ਦੁਨੀਆ ਭਰ ਦੇ ਲੋਕਾਂ ਨੂੰ ਇਹ ਦੱਸਣ ਵਾਸਤੇ ਖਾਸ ਤੌਰ ਤੇ ਉਸ ਜਿਹੜੀ ਨਵੀਂ ਮੋਦੀ ਦੀ ਸਰਕਾਰ ਜਿਹੜੇ ਕਿ 900 ਸਾਲਾਂ ਬਾਅਦ 26 ਮਈ ਨੂੰ ਇਹ ਉਸ ਸੌਥ ਏਸ਼ੀਆ ਦਾ ਅਸਲ ਜੋ ਕਾਲਾ ਦਿਨ ਹੈ, 26 ਮਈ ਦਾ ਦਿਨ ਉਸ ਏਸ਼ੀਆ ਦਾ ਕਾਲਾ ਦਿਨ ਮੰਨਿਆ ਜਾਵੇਗਾ, ਕਿਉਂਕਿ ਇਸੇ ਸੋਚ ਨੇ ਬ੍ਰਾਹਮਣਵਾਦੀ ਸੋਚ ਨੇ ਬੋਧੀਆਂ ਦੇ ਮੱਠ ਡਾਏ ਸਨ, ਇਸੇ ਸੋਚ ਨੇ ਬੋਧੀਆਂ ਨੂੰ ਜਿੰਦਾ ਜਲਾਇਆ ਸੀ, ਇਸੇ ਸੋਚ ਨੇ ਜੈਨੀਆਂ ਨੂੰ ਖਤਮ ਕੀਤਾ ਸੀ, ਇਸੇ ਸੋਚ ਨੇ ਪਿਛਲੇ 50-60 ਵਰਿਆਂ ਤੋਂ ਸਿੱਖਾਂ ਦੇ ਉੱਤੇ ਪੰਜਾਬ ਦੇ ਵਿੱਚ ਜੋ ਕਿ ਕਾਂਡ ਕੀਤਾ ਸਾਡਾ ਉਹ ਆਪ ਜੀ ਨੂੰ ਨਹੀਂ ਭੁੱਲਿਆ। ਬਸ ਇੱਕੋ ਗੱਲ ਹੈ, ਆਪਾਂ ਬਾਰ ਬਾਰ ਇਹ ਗੱਲਾਂ ਨਾ ਕਰੀਏ ਵੀ ਸਾਡਾ ਲੀਡਰ ਕੋਈ ਨੀ। ਉਹ ਭਾਈ ਮੇਰੇ ਆਹ ਤੁਹਾਡੇ ਸਾਹਮਣੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਰੀਆਂ ਜਥੇਬੰਦੀਆਂ ਇਹ ਇਕੱਠੀਆਂ ਹੋਈਆਂ ਨੇ, ਇਸ ਤੋਂ ਵੱਡਾ ਹੋਰ ਇਕੱਠ ਕੀ ਹੋ ਸਕਦਾ ਹੈ? ਮੈਂ ਦੱਸੇ ਮੈਨੂੰ ਸਾਰੇ ਸਿੰਘ ਇੱਥੇ ਨੇ ਭਾਵੇਂ ਕਿ ਇਸ ਕਰਕੇ ਸਾਨੂੰ ਚਾਹੀਦਾ ਆਪਾਂ ਇਕੱਠੇ ਹੋਈਏ। ਪੰਜਾਬ ਦੇ ਵਿੱਚ ਵੀ ਇਸ ਵੇਲੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਖਾਲਿਸਤਾਨ ਵਾਸਤੇ ਆਪਣੇ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹਨ। ਖਾਸ ਇੱਥੇ ਜਿਹੜੇ ਵੀ ਸਾਡੇ FSO ਦੇ ਬੰਦੇ ਨੇ ਜਿਹਨਾਂ ਨੇ ਵੀ ਇੱਥੇ ਪ੍ਰੋਪਰ ਕੀਤਾ, ਜਿਹੜੀਆਂ ਗੁਰਦੁਆਰਾ ਕਮੇਟੀਆਂ ਸਾਡੀ ਇੱਥੇ ਬੰਦ ਕੀਤੀ ਹੈ, ਸਭ ਦਾ ਧੰਨਵਾਦ ਕਰਦਾ। ਤੇ ਖਾਸ ਤੌਰ ਤੇ ਦਲ ਖਾਲਸਾ ਪੰਜਾਬ ਤੋਂ ਸਾਡੇ ਜੋ ਵੀਰ ਮੇਰੇ ਹਰਚਰਨ ਸਿੰਘ ਜੀ ਧਾਮੀ ਪ੍ਰਧਾਨ ਇੱਥੇ ਪਹੁੰਚੇ ਨੇ, ਜੋ ਕਿ ਜਿਹਨਾਂ ਨੇ 5 ਜੂਨ ਨੂੰ ਪੰਜਾਬ ਦੇ ਅੰਦਰ ਬਕਾਇਦਾ ਤੌਰ ਤੇ ਖਾਲਿਸਤਾਨ ਦੇ ਨਾਅਰੇ ਲਾਏ ਤੇ ਖਾਲਸਾ ਤੇ ਜਾ ਕੇ ਖਾਲਿਸਤਾਨ ਦੀ ਜੋ ਹੈ ਉਹਨਾਂ ਨੇ ਮੁੜ ਕੇ ਫਿਰ ਆਪਣੀਆਂ ਜੋ ਆਪਣੀ ਗੱਲ ਨੂੰ ਪੂਰਾ ਕੀਤਾ। ਆਓ 5 ਨਾਅਰੇ ਲਾ ਕੇ ਮੈਂ ਇੱਥੇ ਹੀ ਗੱਲ ਖਤਮ ਕਰਾਂਗਾ। ਖਾਲਿਸਤਾਨ ਸੋਨੇ ਹੱਥ ਖੜੇ ਹੋਏ ਜੇ ਤਾਂ ਕਿਹਦਾ ਥੱਲੇ ਆ ਜੇ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਜ਼ਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਜ਼ਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਜ਼ਿੰਦਾਬਾਦ। ਜਿਹੜੇ ਝੰਡੇ ਦੀ ਥਾਵੇਂ ਝੂਲਦੇ, ਜਿਹੜੇ ਝੰਡੇ ਦੀ ਥਾਵੇਂ ਝੂਲਦੇ ਝੰਡੇ ਨੇ ਅੱਜ ਜਿਹੜੇ ਇਹਨਾਂ ਝੰਡਿਆਂ ਨੂੰ ਲਵਾਂਗੇ, ਸਮੁੰਦਰਾਂ ਵਿੱਚ ਰੋਲਾਂਗੇ, ਤੇਰੇ ਹੁਕਮਾਂ ਦਾ ਬਾਪੂ ਫੇਰ ਉੱਥੇ ਰਾਜ ਹੋਵੇਗਾ, ਤੇਰੀ ਲਹੂ ਚੱਲੇਵੜੀ ਕੌਮ ਦੇ ਸਿਰਤਾਜ ਹੋਵੇਗਾ। ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਉਹਨਾਂ ਬਾਰੇ ਜਾਣਕਾਰੀ ਦੇਣੀ ਆ, ਫੇਰ ਤਾਂ ਆਪਾਂ ਉਹਨਾਂ ਨੂੰ ਸਹਿਯੋਗ ਦੇਣਾ ਬਣਦਾ, ਪਰ ਉਲਟਾ ਜੇ ਉਹ ਜਨ ਗਨ ਮਨ ਗਾਉਂਦੀਆਂ, ਇੰਡੀਆ ਦੀ ਗਵਰਨਮੈਂਟ ਦੇ ਸੋਹਲੇ ਗਾਉਂਦੇ ਆ, ਉਹਨਾਂ ਨੂੰ ਮਾਇਆ ਦੇਣੀ, ਉਹਨਾਂ ਜਥੇਬੰਦੀਆਂ ਨੂੰ ਮਾਇਆ ਦੇਣੀ, ਸਾਰਿਆਂ ਨੇ ਸੋਚ ਸਮਝ ਕੇ ਸੇਵਾ ਕਰਨੀ ਤੇ ਸ਼ਹੀਦਾਂ ਦੀ ਬਜਾਏ ਡੱਟ ਕੇ ਪਹਿਰਾ ਦੇਣਾ, ਘੱਟ ਕੱਢ ਕੇ ਜੀ।